ਤਾਂ ਦੱਸ ਦਈਏ ਕਿ ਬਜ਼ੁਰਗ ਮਹਿਲਾ ਦੇ ਨਾਲ ਹੋਈ ਲੁੱਟ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ 24 ਘੰਟਿਆਂ ਦੇ ਅੰਦਰ ਲੁਟੇਰਿਆਂ ਨੂੰ ਫੜਨ ਦਾ ਦਾਅਵਾ ਕੀਤਾ ਗਿਆ। ਤਾਂ ਦੱਸ ਦਈਏ ਕਿ ਫਿਰੋਜ਼ਪੁਰ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਜਦ ਕਾਰ ਦੇ ਵਿੱਚ ਬੈਠਣ ਦੀ ਕੋਸ਼ਿਸ਼ ਕਰਦੀ ਹੈ ਤਾਂ ਦੋ ਐਕਟਿਵਾ ਸਵਾਰ ਆਉਂਦੇ ਨੇ ਤੇ ਉਸ ਤੋਂ ਪਰਸ ਖੋ ਕੇ ਲੈ ਜਾਂਦੇ ਨੇ, ਜਿਸ ਨਾਲ ਇਹ ਬਜ਼ੁਰਗ ਮਹਿਲਾ ਜ਼ਮੀਨ ਤੇ ਬੁਰੀ ਤਰੀਕੇ ਦੇ ਨਾਲ ਡਿੱਗਦੀ ਹੈ ਤੇ ਬੇਹੋਸ਼ ਹੋ ਜਾਂਦੀ ਹੈ, ਜਿਸ ਨੂੰ ਪਰਿਵਾਰ ਦੇ ਵੱਲੋਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ। ਜਿਸ ਤੋਂ ਬਾਅਦ ਇਹ ਮਾਮਲਾ ਮੀਡੀਆ ਦੇ ਵਿੱਚ ਜ਼ਿਆਦਾ ਹਾਈਲਾਈਟ ਹੁੰਦਾ ਹੈ ਤਾਂ ਪੁਲਿਸ ਦੇ ਵੱਲੋਂ ਫਿਰ ਤੁਰੰਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਤਾਂ CCTV ਦੇ ਆਧਾਰ 'ਤੇ ਫਿਰ ਲੁਟੇਰਿਆਂ ਦੀ ਭਾਲ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਬਕਾਇਦਾ ਪੁਲਿਸ ਦੇ ਵੱਲੋਂ 2 DSP ਦੀ ਨਿਗਰਾਨੀ ਹੇਠ ਅਲੱਗ ਅਲੱਗ ਟੀਮਾਂ ਬਣਾਈਆਂ ਜਾਂਦੀਆਂ ਨੇ। ਤਾਂ ਪੁਲਿਸ ਦੇ ਵੱਲੋਂ ਹੁਣ ਇਸ ਦੇ ਵਿੱਚ ਕਾਮਯਾਬੀ ਹਾਸਲ ਕਰਦੇ ਹੋਏ ਲੁਟੇਰਿਆਂ ਨੂੰ ਕਾਬੂ ਕਰ ਲਿਆ, ਜਿਸ ਦੇ ਵਿੱਚ ਇੱਕ ਕਰਨਵੀਰ ਹੈ ਜਿਸ ਤੇ ਪਹਿਲਾਂ ਵੀ 2 ਲੁੱਟਾਂ ਖੋਹਾਂ ਦੇ ਮਾਮਲੇ ਦਰਜ ਨੇ ਅਤੇ ਅਸਲਾ ਐਕਟ ਦੇ ਤਹਿਤ ਵੀ ਮਾਮਲਾ ਦਰਜ ਹੈ, ਜਦਕਿ ਦੂਸਰਾ ਲੁਟੇਰਾ ਨਾਬਾਲਿਗ ਹੈ ਜਿਸ ਦੀ ਪੁਲਿਸ ਦੇ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਤਾਂ ਪੁਲਿਸ ਦੇ ਵੱਲੋਂ 24 ਘੰਟਿਆਂ ਦੇ ਅੰਦਰ ਹੀ ਇਸ ਲੁੱਟ ਦੇ ਮਾਮਲੇ ਨੂੰ ਸੁਲਝਾ ਲਿਆ ਗਿਆ। ਮਾਨਯੋਗ SSP ਫਿਰੋਜ਼ਪੁਰ ਸੌਮਿਆ ਮਿਸਰਾ ਜੀ ਵੱਲੋਂ ਜਿਹੜੀ ਇਹ ਮੰਦਭਾਗੀ ਘਟਨਾ ਹੋਈ ਸੀ, ਜਿਹੜੀ ਇੱਕ ਵਿਰੁੱਧ ਬਜ਼ੁਰਗ ਮਹਿਲਾ ਨਾਲ ਸਨੈਚਿੰਗ ਦੀ ਵਾਰਦਾਤ ਹੋਈ ਸੀ, ਆ ਜਿਹੜੀ ਇੰਸੀਡੈਂਟ ਹੋਇਆ ਸੀ, ਆ ਮਾਨਯੋਗ ਸੀ ਇਸ ਕਾਰਨ ਨੂੰ ਬੜਾ ਸੀਰੀਅਸਲੀ ਲਿੱਤਾ ਅਤੇ ਅੱਡਾ ਟੀਮੋਂ ਦਾ ਗਠਨ ਕੀਤਾ ਸੀ। ਇੱਕ DSP ਸਿਟੀ ਸ਼੍ਰੀ ਸੁਖਵਿੰਦਰ ਜੀ ਅਤੇ ਇੱਕ DSP ਡੀ ਸ਼੍ਰੀ ਬਲਕਾਰ ਜੀ ਦੇ ਲੀਡਰਸ਼ਿਪ ਵਿੱਚ ਟੀਮ ਦਾ ਗਠਨ ਸੀਗਾ। ਦੋਵਾਂ ਟੀਮਾਂ ਦਾ ਜਿਹੜਾ ਜੁਆਇੰਟ ਐਫਰਟ ਸੀ, ਆ ਜਿਹੜਾ ਕੇਸ ਹੈਗਾ 24 ਘੰਟੇ ਦੇ ਅੰਦਰ ਜਿਹੜਾ ਹੈਗਾ ਉਹ ਸੋਲਵ ਕੀਤਾ ਗਿਆ ਹੈਗਾ ਅਤੇ ਜਿਹੜੇ 2 ਦੋਸ਼ੀ ਸੀ ਉਹ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹੜਾ ਪਹਿਲਾ ਸੀਗਾ ਉਹਦਾ ਨਾਂ ਹੈਗਾ ਕਰਨਜੀਤ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਕ੍ਰਿਸ਼ਨਾ ਕਲੋਨੀ ਫਿਰੋਜ਼ਪੁਰ। ਇਸ ਤੋਂ ਪਹਿਲੇ ਵੀ 2 ਪਰਚੇ ਹੈਗੇ, ਇੱਕ ਖੋਦਾ ਹੈਗਾ ਉਹਦੇ ਨਾਲ ਅਸਲਾ ਐਕਟ ਅਤੇ ਦੂਜਾ ਵੀ ਖੋਦਾ ਹੈਗਾ। ਇਹਦੇ ਨਾਲ ਜਿਹੜਾ ਇੱਕ ਹੋਰ ਬੰਦਾ ਸੀ ਉਹ ਜੁਨਾਇਲ ਸੀ, ਉਹ ਡਿਟੇਲ ਅਸੀਂ ਨਹੀਂ ਦੇ ਸਕਦੇ ਅਤੇ ਇਹ ਜਿਹੜਾ ਕੇਸ ਹੈਗਾ ਇਹ ਸੋਲਵ ਹੋ ਗਿਆ। ਦੂਜਾ ਜਿਹੜਾ ਇੱਕ ਪੱਤਰਕਾਰ ਜਗਦੀਸ਼ ਸੀਗੇ, ਉਹਨਾਂ 'ਤੇ ਵੀ ਸਨੈਚਿੰਗ ਦੀ ਵਾਰਦਾਤ ਹੋਈ ਸੀ 19 ਤਾਰੀਖ ਨੂੰ, ਆਹ ਵੀ ਕੇਸ ਜਿਹੜਾ ਹੈ ਟਰੇਸ ਕੀਤਾ ਗਿਆ ਹੈਗਾ। ਅਤੇ ਜਿਹੜਾ ਇਹਦਾ ਦੋਸ਼ੀ ਹੈਗਾ ਕਮਲਜੀਤ, ਉਹ DSP ਸਿਟੀ ਸਾਹਿਬ ਦੀ ਟੀਮ ਸੁਖਨੇ ਦੀ ਟੀਮ ਨੇ ਉਹਨੂੰ ਗ੍ਰਿਫਤਾਰ ਕੀਤਾ ਹੈ। ਇਹ ਜਿਹੜਾ ਕਮਲਜੀਤ ਸੀਗਾ ਇਸ 'ਤੇ ਪਹਿਲੇ 7 ਪਰਚੇ ਸੀਗੇ। ਮਾਨਯੋਗ SSP ਫਿਰੋਜ਼ਪੁਰ ਸੌਮਿਆ ਮਿਸਰਾ ਜੀ ਵੱਲੋਂ ਸਖ਼ਤ ਨਿਰਦੇਸ਼ ਹੈਗੇ ਕਿ ਜਿਹੜਾ ਸ਼ਹਿਰ ਵਿੱਚ ਹੈਗਾ ਕਿਸੇ ਵੀ ਪ੍ਰਕਾਰ ਦੀ ਕੋਈ ਵੀ। ਤਾਂ ਦੱਸ ਦਈਏ ਕਿ ਬਜ਼ੁਰਗ ਮਹਿਲਾ ਦੇ ਨਾਲ ਹੋਈ ਲੁੱਟ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ 24 ਘੰਟਿਆਂ ਦੇ ਅੰਦਰ ਲੁਟੇਰਿਆਂ ਨੂੰ ਫੜਨ ਦਾ ਦਾਅਵਾ ਕੀਤਾ ਗਿਆ। ਤਾਂ ਦੱਸ ਦਈਏ ਕਿ ਫਿਰੋਜ਼ਪੁਰ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਜਦ ਕਾਰ ਦੇ ਵਿੱਚ ਬੈਠਣ ਦੀ ਕੋਸ਼ਿਸ਼ ਕਰਦੀ ਹੈ ਤਾਂ 2 ਐਕਟਿਵਾ ਸਵਾਰ ਆਉਂਦੇ ਨੇ ਤੇ ਉਸ ਤੋਂ ਪਰਸ ਖੋ ਕੇ ਲੈ ਜਾਂਦੇ ਨੇ, ਜਿਸ ਨਾਲ ਇਹ ਬਜ਼ੁਰਗ ਮਹਿਲਾ ਜ਼ਮੀਨ ਤੇ ਬੁਰੀ ਤਰੀਕੇ ਦੇ ਨਾਲ ਡਿੱਗਦੀ ਹੈ ਤੇ ਬੇਹੋਸ਼ ਹੋ ਜਾਂਦੀ ਹੈ, ਜਿਸ ਨੂੰ ਪਰਿਵਾਰ ਦੇ ਵੱਲੋਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ। ਜਿਸ ਤੋਂ ਬਾਅਦ ਇਹ ਮਾਮਲਾ ਮੀਡੀਆ ਦੇ ਵਿੱਚ ਜ਼ਿਆਦਾ ਹਾਈਲਾਈਟ ਹੁੰਦਾ ਹੈ ਤਾਂ ਪੁਲਿਸ ਦੇ ਵੱਲੋਂ ਫਿਰ ਤੁਰੰਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਤਾਂ CCTV ਦੇ ਆਧਾਰ 'ਤੇ ਫਿਰ ਲੁਟੇਰਿਆਂ ਦੀ ਭਾਲ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਬਕਾਇਦਾ ਪੁਲਿਸ ਦੇ ਵੱਲੋਂ 2 DSP ਦੀ ਨਿਗਰਾਨੀ ਹੇਠ ਅਲੱਗ ਅਲੱਗ ਟੀਮਾਂ ਬਣਾਈਆਂ ਜਾਂਦੀਆਂ ਨੇ। ਤਾਂ ਪੁਲਿਸ ਦੇ ਵੱਲੋਂ ਹੁਣ ਇਸ ਦੇ ਵਿੱਚ ਕਾਮਯਾਬੀ ਹਾਸਲ ਕਰਦੇ ਹੋਏ ਲੁਟੇਰਿਆਂ ਨੂੰ ਕਾਬੂ ਕਰ ਲਿਆ, ਜਿਸ ਦੇ ਵਿੱਚ ਇੱਕ ਕਰਨਵੀਰ ਹੈ ਜਿਸ ਤੇ ਪਹਿਲਾਂ ਵੀ 2 ਲੁੱਟਾਂ ਖੋਹਾਂ ਦੇ ਮਾਮਲੇ ਦਰਜ ਨੇ ਅਤੇ ਅਸਲਾ ਐਕਟ ਦੇ ਤਹਿਤ ਵੀ ਮਾਮਲਾ ਦਰਜ ਹੈ, ਜਦਕਿ ਦੂਸਰਾ ਲੁਟੇਰਾ ਨਾਬਾਲਿਗ ਹੈ ਜਿਸ ਦੀ ਪੁਲਿਸ ਦੇ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਤਾਂ ਪੁਲਿਸ ਦੇ ਵੱਲੋਂ 24 ਘੰਟਿਆਂ ਦੇ ਅੰਦਰ ਹੀ ਇਸ ਲੁੱਟ ਦੇ ਮਾਮਲੇ ਨੂੰ ਸੁਲਝਾ ਲਿਆ ਗਿਆ। ਮਾਨਯੋਗ SSP ਫਿਰੋਜ਼ਪੁਰ ਸੌਮਿਆ ਮਿਸਰਾ ਜੀ ਵੱਲੋਂ ਜਿਹੜੀ ਇਹ ਮੰਦਭਾਗੀ ਘਟਨਾ ਹੋਈ ਸੀ, ਜਿਹੜੀ ਇੱਕ ਵਿਰੁੱਧ ਬਜ਼ੁਰਗ ਮਹਿਲਾ ਨਾਲ ਸਨੈਚਿੰਗ ਦੀ ਵਾਰਦਾਤ ਹੋਈ ਸੀ, ਆ ਜਿਹੜੀ ਇੰਸੀਡੈਂਟ ਹੋਇਆ ਸੀ, ਆ ਮਾਨਯੋਗ ਸੀ ਇਸ ਕਾਰਨ ਨੂੰ ਬੜਾ ਸੀਰੀਅਸਲੀ ਲਿੱਤਾ ਅਤੇ ਅੱਡਾ ਟੀਮੋਂ ਦਾ ਗਠਨ ਕੀਤਾ ਸੀ। ਇੱਕ DSP ਸਿਟੀ ਸ਼੍ਰੀ ਸੁਖਵਿੰਦਰ ਜੀ ਅਤੇ ਇੱਕ DSP ਡੀ ਸ਼੍ਰੀ ਬਲਕਾਰ ਜੀ ਦੇ ਲੀਡਰਸ਼ਿਪ ਵਿੱਚ ਟੀਮ ਦਾ ਗਠਨ ਸੀਗਾ। ਦੋਵਾਂ ਟੀਮਾਂ ਦਾ ਜਿਹੜਾ ਜੁਆਇੰਟ ਐਫਰਟ ਸੀ, ਆ ਜਿਹੜਾ ਕੇਸ ਹੈਗਾ
24 ਘੰਟੇ ਦੇ ਅੰਦਰ ਜਿਹੜਾ ਹੈਗਾ ਉਹ ਸੋਲਵ ਕੀਤਾ ਗਿਆ ਹੈਗਾ। ਅਤੇ ਜਿਹੜੇ ਦੋ ਦੋਸ਼ੀ ਸੀ ਉਹ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹੜਾ ਪਹਿਲਾ ਸੀਗਾ ਉਹਦਾ ਨਾਂ ਹੈਗਾ ਕਰਨਜੀਤ ਸਿੰਘ, ਪੁੱਤਰ ਦਾਰਾ ਸਿੰਘ ਵਾਸੀ ਕ੍ਰਿਸ਼ਨਾ ਕਲੋਨੀ ਫਿਰੋਜ਼ਪੁਰ। ਇਸ ਤੋਂ ਪਹਿਲੇ ਵੀ ਦੋ ਪਰਚੇ ਹੈਗੇ, ਇੱਕ ਖੋਦਾ ਹੈਗਾ ਉਹਦੇ ਨਾਲ ਅਸਲਾ ਐਕਟ, ਅਤੇ ਦੂਜਾ ਵੀ ਖੋਦਾ ਹੈਗਾ। ਇਹਦੇ ਨਾਲ ਜਿਹੜਾ ਇੱਕ ਹੋਰ ਬੰਦਾ ਸੀ ਉਹ ਜੁਨਾਇਲ ਸੀ, ਉਹ ਡਿਟੇਲ ਅਸੀਂ ਨਹੀਂ ਦੇ ਸਕਦੇ। ਅਤੇ ਇਹ ਜਿਹੜਾ ਕੇਸ ਹੈਗਾ ਇਹ ਸੋਲਵ ਹੋ ਗਿਆ। ਦੂਜਾ ਜਿਹੜਾ ਇੱਕ ਪੱਤਰਕਾਰ ਜਗਦੀਸ਼ ਸੀਗੇ, ਉਹਨਾਂ 'ਤੇ ਵੀ ਸਨੈਚਿੰਗ ਦੀ ਵਾਰਦਾਤ ਹੋਈ ਸੀ 19 ਤਾਰੀਖ ਨੂੰ। ਆਹ ਵੀ ਕੇਸ ਜਿਹੜਾ ਹੈ ਟਰੇਸ ਕੀਤਾ ਗਿਆ ਹੈਗਾ। ਅਤੇ ਜਿਹੜਾ ਇਹਦਾ ਦੋਸ਼ੀ ਹੈਗਾ ਕਮਲਜੀਤ, ਉਹ DSP ਸਿਟੀ ਸਾਹਿਬ ਦੀ ਟੀਮ, ਸੁਖਨੇ ਦੀ ਟੀਮ ਨੇ ਉਹਨੂੰ ਗ੍ਰਿਫਤਾਰ ਕੀਤਾ ਹੈ। ਇਹ ਜਿਹੜਾ ਕਮਲਜੀਤ ਸੀਗਾ ਇਸ 'ਤੇ ਪਹਿਲੇ 7 ਪਰਚੇ ਸੀਗੇ। ਮਾਨਯੋਗ SSP ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਸਖ਼ਤ ਨਿਰਦੇਸ਼ ਹੈਗੇ ਕਿ ਜਿਹੜਾ ਸ਼ਹਿਰ ਵਿੱਚ ਹੈਗਾ ਕਿਸੇ ਵੀ ਪ੍ਰਕਾਰ ਦੀ ਕੋਈ